ਸਤਨਾਮ ਵਾਹਿਗੁਰੂ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਪਿੰਡ ਗੋਇੰਦਵਾਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਉਹਨਾਂ ਦੀ ਮਾਤਾ ਬੀਬੀ ਭਾਨੀ ਗੁਰੂ ਅਮਰਦਾਸ ਜੀ ਦੀ ਛੋਟੀ ਸੁਪੁੱਤਰੀ ਸੀ ਅਤੇ ਪਿਤਾ ਗੁਰੂ ਰਾਮਦਾਸ ਜੀ ਸਨ, ਜਿਨ੍ਹਾਂ ਸ਼ਾਦੀ ਪਿੱਛੋਂ ਗੁਰੂ ਘਰ ਦੀ ਸੇਵਾ ਸੰਭਾਲੀ। ਗੁਰੂ ਅਰਜਨ ਦੇਵ ਜੀ ਵੀ ਉਹਨਾਂ ਨਾਲ ਗੁਰੂ ਘਰ ਵਿੱਚ ਖੇਡਦੇ ਰਹਿੰਦੇ। ਇਸ ਤਰ੍ਹਾਂ ਉਹਨਾਂ ਨੂੰ ਆਪਣੇ ਨਾਨੇ ਪਾਸੋਂ ਲਾਡ ਪਿਆਰ ਮਿਲਣ ਦੇ ਨਾਲ ਨਾਲ ਉਹਨਾਂ ਉੱਪਰ ਬਾਣੀ ਦਾ ਅਸਰ ਵੀ ਹੁੰਦਾ ਰਿਹਾ। ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਵਿਦਿਆ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਗੁਰਮੁਖੀ ਉਹਨਾਂ ਆਪ ਪੜ੍ਹਾਈ ਅਤੇ ਮਾਮਾ ਮੋਹਰੀ ਨੇ ਗਣਿਤ ਵਿਦਿਆ ਦਿੱਤੀ। ਦੇਵਨਾਗਰੀ ਉਹਨਾਂ ਪਿੰਡ ਦੇ ਪਾਂਧੇ ਪਾਸੋਂ ਸਿੱਖੀ। ਫਾਰਸੀ ਪਿੰਡ ਦੇ ਮੌਲਵੀ ਪਾਸੋਂ ਪੜ੍ਹੀ। ਸੰਸਕ੍ਰਿਤ ਦਾ ਗਿਆਨ ਪਿੰਡ ਦੇ ਪੰਡਿਤ ਬੇਨੀ ਪਾਸੋਂ ਪ੍ਰਾਪਤ ਕੀਤਾ। ਰਾਗ ਵਿਦਿਆ ਦੇ ਉਹ ਵੱਡੇ ਪਾਰਖੂ ਬਣੇ, ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਰਾਗਾਂ ਵਿੱਚ ਵੰਡਿਆ ਅਤੇ ਆਪ ਰਾਗਾਂ ਵਿੱਚ ਬਾਣੀ ਰਚੀ। ਘੋੜ ਸਵਾਰੀ ਅਤੇ ਤੀਰ ਅੰਦਾਜ਼ੀ ਉਹਨਾਂ ਦੀ ਕਮਾਲ ਦੀ ਸੀ। ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਯੋਗ ਜਾਣ ਕੇ 28 ਅਗਸਤ 1581 ਈਸਵੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ। 4 ਦਿਨਾਂ ਪਿੱਛੋਂ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ। ਕੁਝ ਲੋਕਾਂ ਵਿੱਚ ਇਹ ਭੁਲੇਖਾ ਹੈ ਕਿ ਸ਼ਸਤਰ ਵਿਦਿਆ ਤੇ ਜ਼ੋਰ ਸਿਰਫ 6ਵੇਂ ਪਾਤਸ਼ਾਹ ਜਾਂ 10ਵੇਂ ਪਾਤਸ਼ਾਹ ਨੇ ਹੀ ਦਿੱਤਾ, ਬਾਕੀ ਗੁਰੂ ਸਾਹਿਬਾਨ ਨੇ ਨਹੀਂ। ਪਰ ਅਸੀਂ ਜਾਣਿਆ ਗੁਰੂ ਅਰਜਨ ਦੇਵ ਜੀ ਵੀ ਘੋੜ ਸਵਾਰੀ ਅਤੇ ਤੀਰ ਅੰਦਾਜ਼ੀ ਵਿੱਚ ਨਿਪੁੰਨ ਸਨ ਅਤੇ ਉਹਨਾਂ ਦੀ ਸਿਖਲਾਈ ਤਾਂ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੀ ਦੇਖ ਰੇਖ ਵਿੱਚ ਹੀ ਹੋਈ। ਸੋ ਸ਼ਸਤਰਾਂ ਦੀ ਅਹਿਮੀਅਤ ਸਿੱਖੀ ਵਿੱਚ ਸ਼ੁਰੂ ਤੋਂ ਹੀ ਹੈ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਬਹੁਤ ਪਰੇਸ਼ਾਨ ਸੀ, ਕਿਉਂਕਿ ਉਹ ਤਾਂ ਆਪ ਗੁਰੂ ਬਣਨਾ ਚਾਹੁੰਦਾ ਸੀ। ਉਸਨੇ ਸੋਚਿਆ ਕਿ ਜੇ ਗੁਰੂ ਦਰਬਾਰ ਨੂੰ ਆਰਥਕ ਪੱਖੋਂ ਸੱਟ ਮਾਰੀ ਜਾਵੇ ਤਾਂ ਗੁਰੂ ਅਰਜਨ ਦੇਵ ਜੀ ਘਬਰਾ ਜਾਣਗੇ ਅਤੇ ਉਹ ਆਪਣੇ ਹਮਾਇਤੀ ਮਸੰਦਾਂ ਦੀ ਸਹਾਇਤਾ ਨਾਲ ਗੁਰਗੱਦੀ ਤੇ ਕਬਜ਼ਾ ਕਰ ਲਵੇਗਾ। ਉਸਨੇ ਸ਼ਹਿਰ ਦੀ ਚੁੰਗੀ ਦੀ ਆਮਦਨ ਆਪਣੇ ਕਬਜ਼ੇ ਵਿੱਚ ਕਰਨੀ ਆਰੰਭ ਕਰ ਦਿੱਤੀ। ਉਧਰ ਪ੍ਰਿਥੀ ਚੰਦ ਦੇ ਮਸੰਦ ਸ਼ਹਿਰ ਦੇ ਬਾਹਰ ਹੀ ਡੇਰਾ ਲਾ ਲੈਂਦੇ ਅਤੇ ਆਉਣ ਵਾਲੀਆਂ ਸੰਗਤਾਂ ਤੋਂ ਕਾਰ ਭੇਟਾ ਲੈ ਕੇ ਪ੍ਰਿਥੀ ਚੰਦ ਦੇ ਡੇਰੇ ਪਹੁੰਚਾ ਦਿੰਦੇ। ਸੰਗਤਾਂ ਗੁਰੂ ਦਰਬਾਰ ਵਿੱਚ ਪੁੱਜ ਜਾਂਦੀਆਂ ਤੇ ਉੱਥੇ ਲੰਗਰ ਛਕਦੀਆਂ। ਗੁਰੂ ਘਰ ਦੀ ਆਮਦਨ ਘਟਦੀ ਘਟਦੀ ਲਗਭਗ ਬੰਦ ਹੋ ਗਈ ਤੇ ਖਰਚ ਉਵੇਂ ਹੀ ਜਾਰੀ ਰਹੇ। ਇੰਜ ਗੁਰੂ ਘਰ ਦੀ ਆਰਥਿਕਤਾ ਨੂੰ ਕਰਾਰੀ ਸੱਟ ਵੱਜੀ। ਹੌਲੀ ਹੌਲੀ ਲੰਗਰ ਮਸਤਾਨਾ ਹੋ ਗਿਆ। ਕਈ ਵਾਰ ਲੰਗਰ ਇੱਕ ਡੰਗ ਹੀ ਛਕਾਇਆ ਜਾਂਦਾ। ਲੰਗਰ ਨੂੰ ਚੱਲਦਾ ਰੱਖਣ ਲਈ ਗੁਰੂ ਜੀ ਨੇ ਪਹਿਲਾਂ ਆਪਣੀ ਪਤਨੀ ਗੰਗਾ ਦੇਵੀ ਜੀ ਦੇ ਜ਼ੇਵਰ ਵੇਚੇ, ਫਿਰ ਘਰ ਦਾ ਸਮਾਨ ਅਤੇ ਆਪ ਜੀ ਨੇ ਗੋਇੰਦਵਾਲ ਤੋਂ ਬਾਬਾ ਮੋਹਨ ਜੀ ਅਤੇ ਮੋਹਰੀ ਜੀ ਤੋਂ ਕੁਝ ਮਾਇਆ ਵੀ ਮੰਗਵਾਈ। ਰੋਜ਼ਾਨਾ ਖਰਚੇ ਇਸ ਨਾਲ ਭਲਾ ਕਿੱਥੇ ਚੱਲਣੇ ਸਨ। ਸ਼ਹਿਰ ਦੀ ਉਸਾਰੀ ਵੀ ਰੁਕ ਗਈ। ਭਾਈ ਬਲਵੰਡ ਤੇ ਭਾਈ ਸੱਤਾ ਦੋਵੇਂ ਭਰਾ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਿਆ ਕਰਦੇ ਸਨ। ਕੀਰਤਨ ਹੀ ਇਹਨਾਂ ਦੀ ਰੋਜ਼ੀ ਰੋਟੀ ਦਾ ਵਸੀਲਾ ਸੀ। ਸੱਤੇ ਦੀ ਲੜਕੀ ਦੇ ਵਿਆਹ ਦਾ ਸਮਾਂ ਆ ਗਿਆ। ਉਸਨੇ ਗੁਰੂ ਜੀ ਕੋਲੋਂ ਵਿਆਹ ਲਈ ਕਾਫੀ ਤਕੜੀ ਮਾਇਆ ਮੰਗੀ। ਗੁਰੂ ਜੀ ਨੇ ਉਸਨੂੰ ਸਮਝਾਇਆ ਕਿ ਗੁਰੂ ਘਰ ਦੀ ਆਰਥਿਕ ਹਾਲਤ ਚੰਗੀ ਨਹੀਂ, ਲੰਗਰ ਤੱਕ ਚਲਾਉਣਾ ਵੀ ਮੁਸ਼ਕਲ ਹੈ, ਜਿਸ ਲਈ ਆਪ ਮੂੰਹ ਮੰਗੀ ਮਾਇਆ ਤਾਂ ਦੇ ਨਹੀਂ ਸਕਦੇ, ਥੋੜੀ ਬਹੁਤ ਸਹਾਇਤਾ ਜ਼ਰੂਰ ਕਰ ਸਕਦੇ ਹਨ। ਇਸ ਗੱਲ ਦਾ ਪਤਾ ਲੱਗਣ ਤੇ ਪ੍ਰਿਥੀ ਚੰਦ ਨੇ ਭਾਈ ਸੱਤਾ ਤੇ ਬਲਵੰਡ ਨੂੰ ਉਕਸਾਇਆ ਕਿ ਜੇ ਗੁਰੂ ਭੇਟਾ ਨਹੀਂ ਦੇ ਸਕਦਾ ਤਾਂ ਫਿਰ ਉੱਥੇ ਕੀਰਤਨ ਕਰਨ ਦਾ ਕੀ ਲਾਭ ਹੈ। ਪ੍ਰਿਥੀ ਚੰਦ ਦੀ ਚਾਲ ਚੱਲ ਗਈ। ਦੋਹਾਂ ਰਬਾਬੀਆਂ ਨੇ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਆਪ ਹੀ ਕੀਰਤਨ ਕਰਿਆ ਕਰੋ। ਗੁਰੂ ਜੀ ਆਪ ਵੀ ਕੀਰਤਨ ਦੀ ਗੁੜਤੀ ਵਿੱਚ ਪਲੇ ਸਨ। ਆਪ ਇੱਕ ਨਿਪੁੰਨ ਕੀਰਤਨੀਏ ਸਨ ਅਤੇ ਸਰੰਦੇ ਨਾਲ ਬਹੁਤ ਚੰਗਾ ਕੀਰਤਨ ਕਰਿਆ ਕਰਦੇ ਸਨ। ਸੋ ਸਿੱਖ ਅਤੇ ਗੁਰੂ ਜੀ ਆਪ ਹੀ ਕੀਰਤਨ ਕਰਨ ਲੱਗੇ। ਰਬਾਬੀਆਂ ਦੀ ਕੋਈ ਘਾਟ ਮਹਿਸੂਸ ਨਾ ਹੋਈ। ਇੰਜ ਪ੍ਰਿਥੀ ਚੰਦ ਅਤੇ ਉਸਦੇ ਹਿਮਾਇਤਾਂ ਦਾ ਇਹ ਵਾਰ ਖਾਲੀ ਗਿਆ। ਭਾਈ ਗੁਰਦਾਸ ਜੀ ਗੁਰਮਤਿ ਦੇ ਪ੍ਰਮੁੱਖ ਵਿਆਖਿਆਕਾਰ ਅਤੇ ਕਈ ਭਾਸ਼ਾਵਾਂ ਦੇ ਵਿਦਵਾਨ ਸਨ। ਆਪ ਜੀ ਨੂੰ
गुरु रामदास जी ने धर्म प्रचार करने लई उत्तरी भारत विच भेजिया होया सी। आप आगरे ते काशी विच निवास रख के आस पास दे इलाकियां विच धर्म प्रचार दी सेवा निभा रहे सन। इन्हां दिनां विच आप वापस आ गए। रस्ते विच गोइंदवाल विच बाबा मोहन ते बाबा मोहरी जी तो उन्हां नूं पृथ्वी चंद दीआं साजिशां ते लंगर दी दशा दा पता लग गया सी। आप बड़े फिक्रमंद होए। बाबा बुढ़ा जी ते होर मुखी सिखां नाल विचारां कीतियां। आप दे कहन ते सब ने पृथ्वी चंद दी असलियत संगतां नूं दसण दा मन बना लिया। शहर दे बाहर वख वख थावां ते सिखां दीआं ड्यूटियां ला दित्तियां गईआं जो आने वाली संगतां नूं समझाउंदे कि पृथ्वी चंद किवें उन्हां दी कार भेट नूं अपने कब्जे विच करके गुरु घर दी आर्थिकता नूं सट मार रहा है। भाई गुरदास जी, बाबा बुढ़ा जी ते होर शरदालू सिखां दे यतना सदका संगतां नूं असलियत दा पता लग गया ते ओ कार भेटा सिद्धी गुरु दरबार विच पहुंचाण लगियां जां गुरु जी द्वारा नियुक्त सिखां नूं देण लग पईआं। इंज दिनां विच ही पासा पलट गया ते गुरु घर दी नाकाबंदी टुट गई। ਇਹ ਨਾਕਾਬੰਦੀ ਅਕਤੂਬਰ 1581 ਤੋਂ ਅਪ੍ਰੈਲ 1582 ਤੱਕ ਜਾਰੀ ਰਹੀ ਸੀ। ਭਾਈ ਗੁਰਦਾਸ ਜੀ ਦੇ ਆਉਣ ਨਾਲ ਜਿੱਥੇ ਪ੍ਰਿਥੀ ਚੰਦ ਦੀ ਚਾਲ ਨਾਕਾਮ ਹੋ ਗਈ ਉੱਥੇ ਰਬਾਬੀ ਸੱਤਾ ਤੇ ਬਲਵੰਡ ਦਾ ਭਰਮ ਜਾਲ ਵੀ ਟੁੱਟ ਗਿਆ। ਪ੍ਰਿਥੀ ਚੰਦ ਨੇ ਤਾਂ ਉਹਨਾਂ ਨੂੰ ਵਰਤਿਆ ਹੀ ਸੀ, ਇਸ ਲਈ ਉਹਨਾਂ ਦੀ ਧਨ ਨਾਲ ਕੋਈ ਸਹਾਇਤਾ ਨਾ ਕੀਤੀ। ਗੁਰੂ ਸਾਹਿਬ ਦੇ ਹੁਕਮ ਕਾਰਨ ਸਿੱਖ ਵੀ ਉਹਨਾਂ ਨੂੰ ਮੂੰਹ ਨਾ ਲਾਉਂਦੇ। रोजी रोटी दा होर कोई वसीला ता है नहीं सी। आर्थिक हालत बहुत पतली हो गई। जद रोटियों आतर हो गए ता लाहौर दे एक शरदालू सिख भाई लद्दा जी पास गए। भाई लद्दा जी दूजियां दे अटके काम सवारन लई हमेशा ही तैयार रहिंदे सन। इसे लई सिख संगतां विच आप भाई लद्दा परोपकारी करके जाने जांदे सन। रबाबियां दी दशा वेख के ਉਹਨਾਂ ਦੇ ਮਨ ਵਿੱਚ ਰਹਿਮ ਆ ਗਿਆ। ਭਾਈ ਸੱਤਾ ਤੇ ਬਲਵੰਡ ਨੂੰ ਨਾਲ ਲੈ ਕੇ ਅੰਮ੍ਰਿਤਸਰ ਆ ਗਏ ਤੇ ਗੁਰੂ ਦਰਬਾਰ ਵਿੱਚ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਹੁਣ ਇਹਨਾਂ ਨੂੰ ਕਾਫੀ ਸਜ਼ਾ ਮਿਲ ਚੁੱਕੀ ਹੈ। ਇਹ ਰੋਟੀਆਂ ਵੀ ਆਤਰ ਹੋ ਗਏ ਹਨ, ਆਪਣੇ ਕੀਤੇ ਲਈ ਸ਼ਰਮਸਾਰ ਹਨ ਅਤੇ ਆਪ ਜੀ ਤੋਂ ਖਿਮਾ ਮੰਗਣ ਆਏ ਹਨ। ਕਿਰਪਾ ਕਰਕੇ ਇਹਨਾਂ ਨੂੰ ਮਾਫ ਕਰ ਦਿਓ ਅਤੇ ਫਿਰ ਤੋਂ ਗੁਰੂ ਦਰਬਾਰ ਵਿੱਚ कीर्तन करन दी आग्या दियो। सतगुरु जी ने बेनती मान ली। जदों सत्ते ते बलवंड नूं माफी मिल गई तां उन्हां ने गुरु उपमा विच अठ पौड़ियां दी इक वार लिखी अते गुरु दरबार विच सुनाई। इस वार दियां पहलियां तीन पौड़ियां भाई बलवंड जी दियां हन ते आखरी पंज पौड़ियां भाई सत्ता जी दियां हन। इस वार विच सारे पंज सतगुरां दी उस्तत कीती हुई है। रामकली राग विच उचारी ਇਹ ਵਾਰ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਕਰ ਦਿੱਤੀ। ਗੁਰੂ ਘਰ ਦੇ ਵਿਰੁੱਧ ਪ੍ਰਿਥੀ ਚੰਦ ਦੀ ਅਗਵਾਈ ਵਿੱਚ ਜਾਤ ਅਭਿਮਾਨੀ ਲੋਕਾਂ ਦੀਆਂ ਸਾਜ਼ਿਸ਼ਾਂ ਦੀ ਨਾਕਾਮੀ ਦੀ ਇਹ ਇੱਕ ਅਟਲ ਯਾਦਗਾਰ ਹੈ। ਕਿਸੇ ਵੀ ਲਹਿਰ ਨੂੰ ਮਜ਼ਬੂਤੀ ਨਾਲ ਚਲਾਉਣ ਲਈ ਉਸ ਦੀ ਆਰਥਿਕਤਾ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਪ੍ਰਿਥੀ ਚੰਦ ਦੁਆਰਾ ਕੀਤੀ ਗਈ ਨਾਕਾਬੰਦੀ ਨੇ ਇਹ ਗੱਲ ਪ੍ਰਗਟ ਕਰ ਦਿੱਤੀ ਸੀ ਕਿ ਆਰਥਿਕ ਪੱਖੋਂ ਕਮਜ਼ੋਰ ਹੋਣ ਨਾਲ ਲਹਿਰ ਬਹੁਤ ਕਮਜ਼ੋਰ ਹੋ ਜਾਂਦੀ ਹੈ ਅਤੇ ਕਈ ਅੱਤ ਜ਼ਰੂਰੀ ਕੰਮ ਵੀ ਰੁਕ ਜਾਂਦੇ ਹਨ। ਅੱਜ ਲੋੜ ਹੈ ਪੰਥ ਤੇ ਕਾਬਜ਼ ਹੋਏ ਪ੍ਰਿਥੀ ਚੰਦਾਂ ਨੂੰ ਪਛਾਣਨ ਦੀ, ਜਿਨ੍ਹਾਂ ਨੇ ਪੰਥ ਦੇ ਸਾਰੇ ਸਰਮਾਏ ਦੀ ਨਾਕਾਬੰਦੀ ਕੀਤੀ ਹੋਈ ਹੈ ਤੇ ਇਹ ਸਾਰਾ ਪੈਸਾ ਸੰਗਮਰਮਰ, ਇਮਾਰਤਾਂ ਤੇ ਆਪਣੇ ਰਾਜਨੀਤਿਕ ਫਾਇਦੇ ਵਾਸਤੇ ਵਿਅਰਥ ਕਰ ਰਹੇ ਹਨ। ਸਿੱਖ ਸੰਗਤਾਂ ਨੂੰ ਅਕਲ ਦੇ ਨਾਲ ਦਾਨ ਕਰਨਾ ਚਾਹੀਦਾ ਹੈ ਤਾਂ ਕਿ ਪੰਥ ਦਾ ਪੈਸਾ ਗਰੀਬ ਦੇ ਭਲੇ ਤੇ ਸਿੱਖੀ ਦੇ ਪ੍ਰਚਾਰ ਵਾਸਤੇ ਹੀ ਇਸਤੇਮਾਲ ਹੋਵੇ। ਗੁਰੂ ਨਾਨਕ ਸਾਹਿਬ ਦੁਆਰਾ ਚਲਾਈ ਗਈ ਲਹਿਰ ਤਾਂ ਮਨੁੱਖ ਨੂੰ ਉਸਦੇ ਜੀਵਨ ਦੇ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਿਕ ਸਭ ਖੇਤਰਾਂ ਵਿੱਚ ਅਗਵਾਈ ਦਿੰਦੀ ਆ ਰਹੀ ਸੀ ਤੇ ਇਹ ਅਗਵਾਈ ਜਾਰੀ ਵੀ ਰਹਿਣੀ ਸੀ। ਇਸ ਲਈ
जिथे लोक शक्ति दी लोड़ सी उत्थे बेअंत माया दी लोड़ सी। गुरु जी ने सिखी दा केंद्री शहर गुरु का चक अमृतसर बनाना आरंभ किता होया सी। उस लई भी लखां रुपयां दी लोड़ सी। इन्हां सारियां गल्लां नूं ध्यान विच रखदिया होया गुरु जी ने संगतां नूं हुकम किता कि हरेक सिख परिवार अपनी कमाई दा दसवां हिस्सा सांझे कौमी कारजां लई गुरु गोलक या कौमी खजाने विच भेजिया करे। इस नूं दस वंद दा नाम दिता गया। यह माया मसंदा राही भी भेजी जा सकती सी जेडे कि इसे काम लई गुरु रामदास जी ने नियुक्त किते सन। कई मसंद लालची बिरती वाले हो गए सन ते कई पृथ्वी चंद दीआं साजिशां विच शामिल होण करके अपना भरोसा गुआ चुके सन। सो गुरु जी ने कई नवे मसंद थापे अते नाल इह वी आदेश दिता कि हरेक मसंद इकत्तर कीते दसवंद दा लिखती हिसाब भी रख्या करे। इस तरह दसवंद भेजन वाले सिख अपनी दित्ती रकम अपने सामने ही वही विच दर्ज करा देंदे सन अते ओ वही सतगुरु जी दे सामने पेश कीती जांदी सी। उगराही गुरु दरबार विच लियाउण दा एक होर नियम भी बन दिता गया। आम तौर ते मसंद वसाखी दे मौके ते गुरु के चक आउंदे सन। उदों नाल इलाके दे शरधालु सिख वी आउंदे सन। उन्हां दे सामने ही उगराही दी रकम कौमी खजाने विच जमा कीती जांदी सी। सिख संगतां आप भी समय समय दसवंद कौमी खजाने विच जमा कर दिंदियां सन। दसवंद दी प्रथा कारण कुछ ही समय विच सिख लहर मुड़ पक्के पैरां ते खड़े हो गई। इस दे नाल नाल गुरु जी ने सिखां नूं व्यापार करन दी प्रेरणा भी दित्ती। गुरु रामदास जी ने 52 वख वख कित्यां दे लोकां नूं गुरु के चक विच वसाया सी तां जो शहर नूं उद्योगिक नगरी दे रूप विच विकसित किता जा सके अते सिख आर्थिक पक्खों भी खुशहाल होण। 5वें सतगुरु गुरु अर्जन देव जी ने सिखां नूं पंजाब तों बाहर जाके व्यापार करन दी प्रेरणा दित्ती। सिख दूर दूर दे प्रांतां तक वनज व्यापार लई जान लगे। गुरु जी दी प्रेरणा ते सिख घोड़ियां दे व्यापार लई काबल अते काबल तों भी परे बलख बुखारे तक जान लगे। उन्हां इलाकियां विच कई सिखां ने अपनी पक्की रहायश भी बना ली। उन्हां सिखां करके उत्थे सिख धर्म भी फैलदा गया। घोड़ियां दे व्यापार ने जिथे सिखां दी आर्थिकता नूं सुधारिया उत्थे ओ चंगे घोड़ सवार भी बन गए। असी समझिया कि सिख कौम दी आर्थिकता दी मजबूती लई जिथे दसवंद शुरू किया उत्थे ही सिखां विच व्यापार नूं भी उत्साहित किया। यही कारण है कि अज सिख दुनिया दे हर देश विच अते हर खेतर विच सफल साबित होए हन। पर हर सिख दा ए फर्ज बनदा है कि दसवंद केवल उत्थे देवे जिथे उसका पैसा कौमी कारजां वास्ते खर्च होवे। ज्यों ज्यों सिखां दी आर्थिकता मजबूत होंदी गई गुरु जी ने गुरु का चक भाव अमृतसर दी उसारी वल विशेष ध्यान दिता। सब तो पहला ताल संतोखसर नूं संपूर्ण किया गया। इस दे मगरों ताल अमृतसर सन 1588 विच मुकम्मल किया। नगर दी आबादी दिनों दिन वध रही सी। नवीआं इमारतां बनाईआं गईआं। होर अधूरे पए काम पूरे किते गए। अमृतसर सरोवर दे नाम उत्ते शहर दा नाम भी अमृतसर पै गया। गुरु रामदास जी दी व्योंत सी कि अमृतसर सरोवर दे विचकार धर्म अस्थान भी बनाया जावे। इस योजना दे अधीन 5वें पातशाह ने अक्तूबर सन 1588 विच अमृतसर सरोवर दे विचकार एक नवे धर्म मंदिर दी नींह रखी जिसका नाम हरिमंदर रखा गया। हरिमंदर दी नींह गुरु जी ने लाहौर निवासी साई मियां मीर जी पासों रखवाई। साई मियां मीर जी प्रभु दी बंदगी करन वाले महापुरख सन। साई मियां मीर जी दा असली नाम शेख मोहम्मद मीर शाह सी।
आप खलीफा उमर दी वंश विचों सन। आप दा जन्म सीस्तान विच सन 1550 विच होया सी। उमर दा वधेरे हिस्सा आप जी ने लाहौर विच गुजारिया। इत्थे ही आप 11 अगस्त सन 1635 नूं अल्लाह नूं प्यारे हो गए। आप दी कबर लाहौर दे कोल हाशमपुरे विच है। सन 1590 विच हरमंदर साहब दी इमारत मुकम्मल हो गई। ए हरमंदर समा पाके सिखां दे केंद्री धर्म मंदर वजों प्रसिद्ध होया अते सिखां दा मक्का करके जानिया जान लग पिया। अमृतसर शहर दा वसना ते इस दे विच सिखां दे केंद्री धर्म स्थान श्री हरमंदर साहब उसारिया जाना अते छेवें पातशाह श्री गुरु हरगोबिंद साहब जी दे समय इस दे ऐन सामने श्री अकाल तख्त साहब जी दी उसारी होना इस नगर दी कौमी ते अंतरराष्ट्रीय प्रसिद्धि दा कारण बनिया। ए नगर एक किस्म दी सिख राजधानी बन गया। हरमंदर साहब दी उसारी सिख इतिहास दा बड़ा अहम मुकाम सी। सिखां दी अपनी वक्री धार्मिक रचना गुरबाणी सिख प्रभावी नगर जिवें गोइंदवाल अमृतसर ते हुन हरमंदर साहब एक केंद्री धर्म स्थान वजों उभरिया जिस दे नाल सिख पूरी तरह नाल एक वक्री कौम वजों उजागर होए। पर बड़े अफसोस दी गल है कि भारत दा संविधान आर्टिकल 25 भी अज भी सिखां नूं हिंदू धर्म दा अंग गर्दानदा है। सन 1590 दे आरंभ विच हरमंदर साहब दी इमारत मुकम्मल हो गई ते कुछ समय मगरों गुरु अर्जन देव जी माझे ते दुआबे विच प्रचार करन लई तुर पए। पहला भाई हंदाल जी दे नगर जंडियाले गए। एथों पिंड खार गए। आले दुआले दे पिंडा तो जमीन खरीद के तरन तारन नगर दी नी रखी। एथे एक वड्डा सरोवर बनाना भी आरंभ कर दिता। तरन तारन दा नगर बनना सखी सरवरियां दे रसूख उत्ते भारी चोट सी। शेख फते दी गद्दी वाले भी अवेसले नहीं सन बैठे। जदों सरोवर नू पक्का करन लई इट्टां दे आवे पकाए गए तां इन्हां दी शह ते उस इलाके दे एक मुसलमान हाकम नूर दीन दे पुत्तर अमीर दीन ने उह सारियां इट्टां जोर धक्के नाल अपने बाप दे नां ते बन रही सरां नू लवा लईआं। सरवरियां दीआं अजिहीआं हरकतां दे हुंदिआं होइआं वी सिक्खी दा इह नवां प्रचार केंद्र दिनों दिन तरक्की करदा गिआ। तरन तारन विच गुरु जी ने पहला कोड़ी घर भी बनवाया। तरन तारन दी उसारी समय गुरु जी खडूर अते गोइंदवाल तक आले दुआले दे सब पिंडा विच प्रचार करदे रहे। आप जी सरहाली पैनी खानपुर आदि पिंडा विच भी गए। एथों सतगुरु जी ब्यासा पार करके दुआबे विच आ गए। दुआबे विच ओदों सखी सरवरियां दा काफी जोर सी। सखी सरवरियां दे प्रचार नूं ठल पाउण लई ते गुरु नानक साहिब दे मत नूं फैलाउण लई गुरु जी ने दुआबे विच सिख प्रभावी नगर वसाउण दा फैसला कीता। सन 1593 विच आपने करतारपुर जो जिला जलंधर विच है उस दी नींह रखी। एक खूह वी लवाया जिस दा नाम गंगसर रखिया। अनेकां लोक सखी सरवर मत त्याग के सिख सज गए। चार कु साल धर्म प्रचार करन मगरों सतगुरु जी वापस अमृतसर आ गए। दुआबे तो वापस आके कुछ दिन ही अमृतसर विच आराम किता। फिर सन 1594 विच अमृतसर तो लंदे पासे चार कु मीलां दी विथ ते वडाली नाम दा नगर है। वडाली पक्का डेरा रखिया ते दूर दूर प्रचार करन जांदे रहे। इन्ना ही दिना विच पंजाब विच बड़ा काल पिया। खूहां तो पानी मुक गया। इस करके फसलां भी ना हो सकियां क्योंकि पानी दा होर कोई साधन तां है नहीं सी। काल दे कारण बीमारियां भी बहुत फैलदियां हन। गुरु अर्जन देव जी बिपता दे इस समय पिंड पिंड पहुंचे। लोकां नूं तारस दित्ती, दुआ दारू कीता अते जरूरी वस्तां दा प्रबंध भी कीता। सिख संगतां ने
ਕਾਲ ਪੀੜਤਾਂ ਦੀ ਜਿੰਦ ਜਾਨ ਨਾਲ ਸੇਵਾ ਕੀਤੀ। ਪਹਿਲਾਂ ਦਸਵੰਦ ਦੀ ਮਾਇਆ ਅੰਮ੍ਰਿਤਸਰ ਸ਼ਹਿਰ ਦੀ ਉਸਾਰੀ, ਸਰੋਵਰਾਂ ਅਤੇ ਹਰਿਮੰਦਰ ਸਾਹਿਬ ਦੀ ਤਿਆਰੀ ਲਈ ਖਰਚ ਹੁੰਦੀ ਸੀ। ਹੁਣ ਉਹ ਕਾਲ ਪੀੜਤਾਂ ਦੀ ਸਹਾਇਤਾ ਲਈ ਖਰਚ ਹੋਣ ਲੱਗ ਪਈ। ਪਾਣੀ ਦੀ ਕਿੱਲਤ ਵਾਲੇ ਇਲਾਕਿਆਂ ਵਿੱਚ ਆਪ ਨੇ ਖੂਹ ਲਗਵਾਏ। ਹਾਲਾਤ ਨੂੰ ਧਿਆਨ ਵਿੱਚ ਰੱਖ ਕੇ ਆਪ ਨੇ 1 ਹਰਟੇ ਖੂਹਾਂ ਦੀ ਥਾਂ ਉੱਤੇ 2 ਹਰਟੇ, 4 ਹਰਟੇ ਖੂਹ ਵਧੇਰੇ ਲਗਵਾਏ ਤਾਂ ਕਿ 1-1 ਖੂਹ ਤੋਂ 2-2, 4-4 ਖੂਹਾਂ ਦਾ ਕੰਮ ਲਿਆ ਜਾ ਸਕੇ। ਵਡਾਲੀ ਤੋਂ ਲਹਿੰਦੇ ਪਾਸੇ ਆਪ ਜੀ ਨੇ 6 ਹੱਟਾਂ ਵਾਲਾ ਖੂਹ ਲਗਵਾਇਆ। ਉਹ ਖੂਹ ਅੱਜ ਵੀ ਕਾਇਮ ਹੈ ਤੇ ਉੱਥੇ ਗੁਰਦੁਆਰਾ 6 ਹੱਟਾਂ ਸਾਹਿਬ ਹੈ। 3 ਸਾਲਾਂ ਦਾ ਚੱਕਰ ਲਗਾ ਕੇ ਗੁਰੂ ਜੀ ਅੰਮ੍ਰਿਤਸਰ ਵਾਪਸ ਆ ਗਏ। ਅਸੀਂ ਜਾਣਦੇ ਹਾਂ ਗੁਰੂ ਸਾਹਿਬ ਨੇ ਜਿੰਨੇ ਵੀ ਨਵੇਂ ਨਗਰ ਵਸਾਏ ਉਸ ਦੇ ਵਿੱਚ ਆਮ ਲੋਕਾਈ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਸਤੇ ਖਾਸ ਧਿਆਨ ਦਿੱਤਾ, ਜਿਵੇਂ ਸਿਹਤ ਸਹੂਲਤਾਂ ਵਾਸਤੇ ਦਵਾਖਾਨੇ, ਕੋੜੀਖਾਨੇ, ਪਾਣੀ ਦੀ ਜ਼ਰੂਰਤ ਵਾਸਤੇ ਤਲਾਅ ਜਾਂ ਖੂਹ ਲਗਵਾਉਣੇ, ਆਰਥਿਕ ਤਰੱਕੀ ਵਾਸਤੇ ਵਪਾਰ ਨੂੰ ਉਤਸ਼ਾਹਿਤ ਕਰਨਾ। ਪਰ ਅੱਜ ਸਰਕਾਰਾਂ ਡਿਵੈਲਪਮੈਂਟ ਦੇ ਨਾਂ ਦੇ ਥੱਲੇ ਸਸਤੀਆਂ ਜ਼ਮੀਨਾਂ ਲੈ ਕੇ ਮਹਿੰਗੇ ਭਾਅ ਵੇਚਦੀਆਂ ਨੇ ਤੇ ਕੇਵਲ ਉੱਚੀ ਉੱਚੀ ਇਮਾਰਤਾਂ, ਮਲਟੀ ਸਟੋਰੀ ਬਿਲਡਿੰਗ ਬਣਾ ਕੇ ਮੁਨਾਫਾ ਕਮਾਉਣ ਵੱਲ ਧਿਆਨ ਦਿੰਦੀਆਂ ਨੇ। ਤਰੱਕੀ ਕੇਵਲ ਉਸੇ ਨੂੰ ਹੀ ਕਿਹਾ ਜਾ ਸਕਦਾ ਹੈ ਜੋ ਸਮਾਜ ਦੇ ਨੀਵੇਂ ਤਬਕੇ ਦਾ ਜੀਵਨ ਸਤਰ ਉੱਚਾ ਚੁੱਕ ਸਕੇ। ਭਾਈ ਮੰਝ ਦਾ ਅਸਲੀ ਨਾਂ ਤੀਰਥਾ ਸੀ। ਉਸ ਦਾ ਗੋਤ ਮੰਝ ਹੋਣ ਕਾਰਨ ਉਸ ਦਾ ਨਾਂ ਮੰਝ ਪ੍ਰਸਿੱਧ ਹੋ ਗਿਆ। ਉਹ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਕੰਗ ਮਾਈ ਦਾ ਬਹੁਤ ਵੱਡਾ ਜ਼ਿਮੀਦਾਰ ਸੀ। ਸਖੀ ਸਰਵਰ ਦਾ ਸੇਵਕ ਹੋਣ ਕਾਰਨ ਉਸ ਨੇ ਆਪਣੇ ਲਾਗੇ ਦੇ ਪਿੰਡਾਂ ਵਿੱਚ ਪੀਰਖਾਨੇ ਬਣਵਾਏ ਹੋਏ ਸਨ। 1585 ਈਸਵੀ ਵਿੱਚ ਉਹ ਨਗਾਹੇ ਦੇ ਪੀਰਖਾਨੇ ਦੀ ਫੇਰੀ ਤੋਂ ਵਾਪਸ ਆਉਂਦਾ ਹੋਇਆ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਰੁਕਿਆ। ਉਸ ਨੇ ਸਿੱਖਾਂ ਨੂੰ ਸੰਗਤ ਦੀ ਸੇਵਾ ਕਰਦੇ ਹੋਏ ਦੇਖ ਕੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਉਸ ਨੂੰ ਵੀ ਉਹ ਆਪਣਾ ਸਿੱਖ ਬਣਾ ਲੈਣ। ਗੁਰੂ ਜੀ ਨੇ ਕਿਹਾ, ਤੂੰ ਸਖੀ ਸਰਵਰ ਨੂੰ ਆਪਣਾ ਪੀਰ ਬਣਾਇਆ ਹੋਇਆ ਹੈ, ਸਿੱਖ ਬਣਨ ਲਈ ਤੈਨੂੰ ਪਹਿਲਾਂ ਉਸ ਨੂੰ ਤਿਆਗਣਾ ਪਵੇਗਾ। ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਭਾਈ ਮੰਝ ਨੇ ਆਪਣੇ ਪਿੰਡ ਜਾ ਕੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਆਪਣੇ ਘਰ ਵਿੱਚੋਂ ਪੀਰਖਾਨਾ ਢਾ ਦਿੱਤਾ। ਉਸ ਦੇ ਇਸ ਤਰ੍ਹਾਂ ਕਰਨ ਨਾਲ ਉਸ ਦੇ ਪਿੰਡ ਦੇ ਲੋਕੀ ਉਸ ਦਾ ਸਾਥ ਛੱਡ ਗਏ, ਜਿਸ ਨਾਲ ਉਸ ਦੀ ਚੋਦਰ ਚਲੀ ਗਈ। ਘਰ ਵਿੱਚ ਗਰੀਬੀ ਆ ਗਈ, ਪਰ ਉਸ ਦਾ ਮਨ ਸਦਾ ਪਰਮਾਤਮਾ ਦੇ ਭਾਣੇ ਵਿੱਚ ਆਨੰਦ ਮਾਨਣ ਲੱਗਾ। ਇੱਕ ਵਾਰੀ ਫਿਰ ਭਾਈ ਮੰਝ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਹਾਜ਼ਰ ਹੋਇਆ। ਉਹ ਵੀ ਬਾਕੀ ਸਿੱਖ ਸੰਗਤਾਂ ਦੀ ਤਰ੍ਹਾਂ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਣ ਦੀ ਸੇਵਾ ਕਰਨ ਲੱਗਾ। ਇੱਕ ਦਿਨ ਭਾਈ ਮੰਝ ਲੱਕੜਾਂ ਦੀ ਗੰਢ ਸਿਰ ਉੱਪਰ ਰੱਖੀ ਜੰਗਲ ਤੋਂ ਵਾਪਸ ਆ ਰਿਹਾ ਸੀ। ਰਸਤੇ ਵਿੱਚ ਬਹੁਤ ਜ਼ੋਰ ਦੀ ਹਨੇਰੀ ਆਈ, ਰਸਤਾ ਨਜ਼ਰ ਆਉਣਾ ਬੰਦ ਹੋ ਗਿਆ। ਹਵਾ ਦੇ ਜ਼ੋਰ ਨਾਲ ਭਾਈ ਮੰਝ ਇੱਕ ਖੂਹ ਵਿੱਚ ਡਿੱਗ ਗਿਆ। ਉਸਨੇ ਖੂਹ ਵਿੱਚ ਡਿੱਗੀਆਂ ਹੋਈਆਂ ਵੀ ਲੱਕੜਾਂ ਦੀ ਗੰਢ ਸਿਰ ਉੱਪਰੋਂ ਪਾਣੀ ਵਿੱਚ ਨਾ ਡਿੱਗਣ ਦਿੱਤੀ, ਤਾਂ ਜੋ ਲੱਕੜਾਂ ਪਾਣੀ ਵਿੱਚ ਡਿੱਗ ਕੇ ਗਿੱਲੀਆਂ ਨਾ ਹੋ ਜਾਣ ਅਤੇ ਸੰਗਤਾਂ ਨੂੰ ਅੱਗ ਜਲਾਉਣ ਵਿੱਚ ਕੋਈ ਤਕਲੀਫ ਪੇਸ਼ ਆਵੇ। ਉਸਨੇ ਆਪਣਾ ਮਨ ਬਾਣੀ ਪੜ੍ਹਨ ਵਿੱਚ ਲਗਾਈ ਰੱਖਿਆ। ਲੰਗਰ ਦੀਆਂ ਸੰਗਤਾਂ ਨੂੰ ਹਨੇਰਾ ਹੋਣ ਤੋਂ ਬਾਅਦ ਵੀ ਭਾਈ ਮੰਝ ਲੱਕੜਾਂ ਲੈ ਕੇ ਵਾਪਸ ਆਇਆ ਨਜ਼ਰ ਨਾ ਆਇਆ ਤਾਂ ਸੰਗਤ ਉਸਦੀ ਭਾਲ ਵਿੱਚ ਜੰਗਲ ਵੱਲ ਉਸਨੂੰ ਆਵਾਜ਼ਾਂ ਦਿੰਦੀ ਚੱਲ ਪਈ। ਰਸਤੇ ਵਿੱਚ ਸੰਗਤ ਜਦੋਂ ਖੂਹ ਕੋਲ ਪੁੱਜੀ ਤਾਂ ਉਹਨਾਂ ਨੂੰ ਭਾਈ ਮੰਝ ਦੀ ਆਵਾਜ਼ ਖੂਹ ਵਿੱਚੋਂ ਸੁਣਾਈ ਦਿੱਤੀ। ਸੰਗਤਾਂ ਨੇ ਖੂਹ 'ਚ ਰੱਸਾ ਲਮਕਾ ਕੇ ਕਿਹਾ, ਭਾਈ ਮੰਝ ਜੀ ਰੱਸਾ ਫੜ ਕੇ ਉੱਪਰ ਚੜ੍ਹ ਆਵੋ। ਅੱਗੋਂ ਖੂਹ ਵਿੱਚੋਂ ਭਾਈ ਮੰਝ ਨੇ ਕਿਹਾ, ਪਹਿਲਾਂ ਇਹ ਸੁੱਕੀਆਂ ਲੱਕੜਾਂ ਦੀ ਗੰਢ ਨੂੰ ਬਾਹਰ ਖਿੱਚ ਲਵੋ, ਫਿਰ ਮੈਂ ਆ ਜਾਵਾਂਗਾ। ਭਾਈ ਮੰਝ ਦੇ ਬਾਹਰ ਨਿਕਲਣ ਤੱਕ ਗੁਰੂ ਅਰਜਨ ਦੇਵ ਜੀ ਵੀ ਉਸ ਖੂਹ ਉੱਪਰ ਪੁੱਜ ਗਏ। ਭਾਈ ਮੰਝ ਦੀ ਸਿੱਖੀ ਵਿੱਚ ਭਰੋਸਾ ਦੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ ਅਤੇ ਉਹਨਾਂ ਨੂੰ ਸਿੱਖੀ ਦਾ ਪ੍ਰਚਾਰਕ ਥਾਪਿਆ। ਅਸੀਂ ਸਮਝਿਆ ਕਿ ਜਦੋਂ ਭਾਈ ਮੰਝ ਨੇ ਸਿੱਖੀ ਦੀ ਦਾਤ ਪ੍ਰਾਪਤ ਕਰਨ ਵਾਸਤੇ ਪੀਰਖਾਨਾ ਢਾ ਦਿੱਤਾ ਤੇ ਉਹਨਾਂ ਨੂੰ ਸਮਾਜ ਅਤੇ ਬਰਾਦਰੀ ਦਾ ਬਹੁਤ ਵਿਰੋਧ ਝੱਲਣਾ ਪਿਆ, ਪਰ ਭਾਈ ਮੰਝ ਨੇ ਸਿੱਖੀ ਦੀ ਦਾਤ ਨੂੰ ਸਭ ਤੋਂ ਉੱਤਮ ਜਾਣਿਆ। ਪਰ ਅੱਜ ਜਦੋਂ ਸਿੱਖ ਅਖਵਾਉਂਦੇ ਪੀਰਾਂ ਦੀਆਂ ਦਰਗਾਹਾਂ ਵਿੱਚ ਲਾਈਨਾਂ ਬਣਾ ਕੇ ਖੜੇ ਨਜ਼ਰ ਆਉਂਦੇ ਹਨ ਤਾਂ ਬੜਾ ਅਫਸੋਸ ਹੁੰਦਾ ਹੈ। ਇਹਨਾਂ ਨੂੰ ਕਦੋਂ ਸਮਝ ਪਵੇਗੀ ਕਿ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ।
ਭਾਈ ਬਾਲਾ ਅਤੇ ਭਾਈ ਕ੍ਰਿਸ਼ਨ ਦੋ ਸਿੱਖ ਬੜੇ ਵਿਦਵਾਨ ਅਤੇ ਕਥਾਕਾਰ ਸਨ। ਆਪਣੇ ਆਸ ਪਾਸ ਦੇ ਪਿੰਡਾਂ ਵਿੱਚ ਬਹੁਤ ਪ੍ਰਸਿੱਧ ਸਨ। ਦੂਰ ਅਤੇ ਨੇੜੇ ਦੇ ਲੋਕੀ ਉਹਨਾਂ ਦੀ ਕਥਾ ਸੁਣਨ ਆਉਂਦੇ, ਉਹਨਾਂ ਨੂੰ ਆਪਣੇ ਪਿੰਡਾਂ ਵਿੱਚ ਵੀ ਬੁਲਾਉਂਦੇ ਅਤੇ ਉਹਨਾਂ ਦੇ ਵਿਚਾਰ ਸਰਵਣ ਕਰਦੇ। ਸਤਿਕਾਰ ਵਜੋਂ ਚੋਖੀ ਮਾਇਆ ਵੀ ਉਹਨਾਂ ਨੂੰ ਭੇਟ ਕਰਦੇ। ਕਥਾ ਕਰਵਾਉਣ ਵਾਲਿਆਂ ਦੀਆਂ ਮੰਗਾਂ ਬੜੀ ਮੁਸ਼ਕਲ ਪੂਰੀਆਂ ਕਰਦੇ। ਉਹਨਾਂ ਨੂੰ ਕਦੇ ਸੱਦਿਆਂ ਵੱਲੋਂ ਵਿਹਲ ਨਾ ਮਿਲਦਾ। ਉਹ ਇੱਕ ਵਾਰੀ ਬੜੀ ਮੁਸ਼ਕਲ ਨਾਲ ਸਮਾਂ ਕੱਢ ਕੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਪੁੱਜੇ। ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਪਿੱਛੋਂ ਉਹਨਾਂ ਗੁਰੂ ਅਰਜਨ ਦੇਵ ਜੀ ਪਾਸ ਬੇਨਤੀ ਕੀਤੀ, ਗੁਰੂ ਜੀ ਸਾਡੀ ਕਥਾ ਸਿੱਖ ਸੰਗਤ ਬੜੇ ਪਿਆਰ ਨਾਲ ਸੁਣਦੀ ਹੈ, ਸਾਡੀ ਕਦਰ ਵੀ ਬਹੁਤ ਕਰਦੀ ਹੈ। ਇਸ ਤਰ੍ਹਾਂ ਦੀ ਸਾਡੀ ਸੇਵਾ ਹੁੰਦੇ ਹੋਏ ਵੀ ਸਾਡੇ ਮਨਾਂ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ, ਸਾਡਾ ਮਨ ਸਦਾ ਅਸ਼ਾਂਤ ਰਹਿੰਦਾ ਹੈ। ਆਪ ਦੇ ਪਾਸੋਂ ਕੋਈ ਵੀ ਚੀਜ਼ ਛੁਪੀ ਹੋਈ ਨਹੀਂ। ਆਪ ਘੱਟ ਘੱਟ ਵਿੱਚ ਵਾਪਰਨ ਵਾਲੀ ਘਟਨਾ ਤੋਂ ਜਾਣੂ ਹੋ। ਸਾਨੂੰ ਸਮਝਾਓ ਸਾਡੀ ਕਿਹੜੀ ਉਨਤਾਈ ਹੈ ਜਿਸ ਕਾਰਨ ਸਾਨੂੰ ਸ਼ਾਂਤੀ ਨਹੀਂ ਮਿਲਦੀ। ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਦੱਸਿਆ, ਭਾਈ ਸਿੱਖੋ, ਤੁਸੀਂ ਕਥਾ ਬੜੇ ਚੰਗੇ ਢੰਗ ਨਾਲ ਕਰਦੇ ਹੋ। ਕਥਾ ਗਿਆਨ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ, ਇਸ ਲਈ ਤੁਸੀਂ ਚੋਖੇ ਵਿਦਵਾਨ ਵੀ ਹੋ। ਤੁਸੀਂ ਕਥਾ ਕਰਦੇ ਹੋ ਅਤੇ ਆਪਣੇ ਵਿਚਾਰ ਵੀ ਦਿੰਦੇ ਹੋ, ਪਰ ਤੁਸੀਂ ਆਪਣੀ ਕਹੀ ਹੋਈ ਕਥਾ ਉੱਪਰ ਆਪਣਾ ਜੀਵਨ ਨਹੀਂ ਢਾਲਦੇ। ਕਥਾ ਅਤੇ ਵਿਚਾਰ ਦੂਜਿਆਂ ਨੂੰ ਸੁਣਾਉਂਦੇ ਹੋ। ਜਿਹੜਾ ਸਿੱਖ ਤੁਸਾਂ ਦੀ ਕਥਾ ਸੁਣਦਾ ਹੈ ਅਤੇ ਉਸ ਅਨੁਸਾਰ ਆਪਣਾ ਜੀਵਨ ਢਾਲ ਲੈਂਦਾ ਹੈ, ਉਹ ਸ਼ਾਂਤੀ ਪ੍ਰਾਪਤ ਕਰ ਲੈਂਦਾ ਹੈ। ਆਪ ਜਦੋਂ ਕਥਾ ਕਰਦੇ ਹੋ ਅਤੇ ਵਿਚਾਰ ਦਿੰਦੇ ਹੋ, ਆਪ ਦੇ ਮੁੱਖ ਤੋਂ ਸਿੱਖ ਸੰਗਤ ਸੋਹਣੇ ਵਿਚਾਰ ਸੁਣ ਕੇ ਆਪ ਨੂੰ ਮਾਇਆ ਭੇਟ ਕਰਦੀ ਹੈ। ਮਾਇਆ ਦੇ ਆਉਂਦਿਆਂ ਹੀ ਤੁਸੀਂ ਭੁੱਲ ਜਾਂਦੇ ਹੋ ਕਿ ਜਿਹੜੇ ਬਚਨ ਤੁਸੀਂ ਆਪਣੇ ਮੁੱਖ ਤੋਂ ਕਹਿੰਦੇ ਹੋ ਉਹਨਾਂ ਅਨੁਸਾਰ ਤੁਸੀਂ ਵੀ ਆਪਣਾ ਜੀਵਨ ਢਾਲਣਾ ਹੈ ਅਤੇ ਸ਼ਾਂਤੀ ਪ੍ਰਾਪਤ ਕਰਨੀ ਹੈ। ਜਦੋਂ ਤੱਕ ਤੁਸੀਂ ਗੁਰੂ ਦੇ ਬਚਨਾਂ ਉੱਪਰ ਚੱਲਣ ਦੀ ਕੋਸ਼ਿਸ਼ ਨਹੀਂ ਕਰੋਗੇ, ਤਦੋਂ ਤੱਕ ਆਪ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ। ਇਹ ਤਦ ਹੁੰਦਾ ਹੈ ਜਦੋਂ ਨਾਮ ਦੀ ਸਿੱਖਿਆ ਉੱਪਰ ਜੀਵਨ ਢਾਲਿਆ ਜਾਵੇ। ਜੀਵਨ ਨੂੰ ਨਾਮ ਉੱਪਰ ਢਾਲਣਾ ਹੀ ਨਾਮ ਦਾ ਸਿਮਰਨ ਹੈ। ਭਾਈ ਬਾਲੇ ਅਤੇ ਭਾਈ ਕ੍ਰਿਸ਼ਨ ਨੇ ਗੁਰੂ ਅਰਜਨ ਦੇਵ ਜੀ ਦੀ ਸਿੱਖਿਆ ਉੱਪਰ ਅਮਲ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਸ਼ਾਂਤੀ ਮਿਲੀ। ਜਿਸ ਜਿਸ ਪਿੰਡ ਵਿੱਚ ਉਹਨਾਂ ਕਥਾ ਅਤੇ ਆਪਣੇ ਵਿਚਾਰ ਦਿੱਤੇ, ਹਰ ਸੁਣਨ ਵਾਲੇ ਸਿੱਖ ਨੂੰ ਗੁਰੂ ਦੀ ਸਿੱਖਿਆ ਉੱਪਰ ਚੱਲ ਕੇ ਆਪਣੇ ਜੀਵਨ ਵਿੱਚ ਸ਼ਾਂਤੀ ਪ੍ਰਾਪਤ ਕਰਨ ਦਾ ਢੰਗ ਦੱਸਿਆ। ਮਨ ਦੀ ਸ਼ਾਂਤੀ ਦਾ ਉਪਦੇਸ਼ ਇਸ ਸਾਖੀ ਵਿੱਚ ਜੋ ਮਿਲਦਾ ਹੈ ਉਹ ਨਾ ਸਿਰਫ ਪੰਥ ਦੇ ਪ੍ਰਚਾਰਕਾਂ ਤੇ ਲਾਗੂ ਹੁੰਦਾ ਹੈ ਬਲਕਿ ਸਾਰੀ ਸਿੱਖ ਸੰਗਤ ਤੇ ਵੀ। ਮਨ ਦੀ ਸ਼ਾਂਤੀ ਦਾ ਇੱਕੋ ਇੱਕ ਰਸਤਾ ਇਹੀ ਹੈ ਕਿ ਸਿੱਖ ਗੁਰਬਾਣੀ ਵਿੱਚ ਦਿੱਤੇ ਉਪਦੇਸ਼ ਨੂੰ ਸਮਝ ਕੇ ਉਸ ਅਨੁਸਾਰ ਆਪਣਾ ਜੀਵਨ ਢਾਲੇ। ਗੁਰੂ ਦੀ ਸਿੱਖਿਆ ਤੇ ਚੱਲਣਾ ਹੀ ਨਾਮ ਸਿਮਰਨ ਹੈ। ਅਕਬਰ ਬਾਦਸ਼ਾਹ ਨੇ 1586 ਈਸਵੀ ਤੋਂ 1598 ਈਸਵੀ ਤੱਕ ਆਪਣੀ ਰਾਜਧਾਨੀ ਆਗਰੇ ਦੀ ਥਾਂ ਲਾਹੌਰ ਰੱਖੀ। 3 ਸਾਲ ਲਗਾਤਾਰ ਬਾਰਿਸ਼ ਨਾ ਹੋਈ ਜਿਸ ਕਾਰਨ ਫਸਲਾਂ ਨਾ ਹੋਈਆਂ, ਹਰ ਪਾਸੇ ਅੰਨ ਦਾ ਘਾਟਾ ਹੋ ਗਿਆ। 1595 ਈਸਵੀ ਵਿੱਚ ਕਾਲ ਪੈ ਗਿਆ, ਭੁੱਖ ਨਾਲ ਲੋਕੀ ਮਰਨ ਲੱਗੇ। ਲਾਹੌਰ ਸ਼ਹਿਰ ਵਿੱਚ ਮੁਰਦਿਆਂ ਦੀਆਂ ਲਾਸ਼ਾਂ ਗਲੀਆਂ ਬਾਜ਼ਾਰਾਂ ਵਿੱਚ ਰੁਲਣ ਲੱਗੀਆਂ। ਹਰ ਪਾਸੇ ਹਰ ਵੇਲੇ ਲੋਕਾਂ ਦੇ ਰੋਣ ਕੁਰਲਾਉਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਅਕਬਰ ਬਾਦਸ਼ਾਹ ਉਹਨਾਂ ਦਿਨਾਂ ਵਿੱਚ ਲਾਹੌਰ ਹੀ ਸੀ। ਉਸ ਪਾਸੋਂ ਗਲੀਆਂ ਬਾਜ਼ਾਰਾਂ ਵਿੱਚੋਂ ਆਉਂਦੀ ਮੁਰਦਿਆਂ ਦੀ ਬਦਬੋ ਸਹਾਰੀ ਨਾ ਜਾ ਸਕੀ। ਉਹ ਲਾਹੌਰ ਛੱਡ ਕੇ ਕਲਾਨੌਰ ਚਲਾ ਗਿਆ। ਗੁਰੂ ਅਰਜਨ ਦੇਵ ਜੀ ਨੇ ਜਦੋਂ ਲਾਹੌਰ ਦੀ ਇਹ ਹਾਲਤ ਸੁਣੀ ਤਾਂ ਆਪ ਲਾਹੌਰ ਪੁੱਜ ਗਏ। ਸਿੱਖ ਸੰਗਤਾਂ ਅਤੇ ਮਸੰਦਾਂ ਨੂੰ ਹੁਕਮ ਕਰ ਦਿੱਤਾ ਕਿ ਉਹ ਆਪਣਾ ਦਸਵੰਦ ਅਤੇ ਹੋਰ ਭੇਟਾ ਲੈ ਕੇ ਲਾਹੌਰ ਪੁੱਜਣ। ਲਾਹੌਰ ਸ਼ਹਿਰ ਪੁੱਜ ਕੇ ਆਪ ਨੇ ਬੌਲੀ ਸਾਹਿਬ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਤਾਂ ਜੋ ਬੇਰੁਜ਼ਗਾਰਾਂ ਨੂੰ ਕੰਮ ਮਿਲ ਸਕੇ ਅਤੇ ਨਾਲ ਹੀ ਲੰਗਰ ਲਗਵਾ ਦਿੱਤੇ ਤਾਂ ਜੋ ਭੁੱਖਿਆਂ ਨੂੰ ਪੇਟ ਭਰਨ ਲਈ ਅੰਨ ਮਿਲ ਸਕੇ। ਇਸ ਸਮੇਂ ਅੰਮ੍ਰਿਤਸਰ ਦੀ ਉਸਾਰੀ ਚੱਲ ਰਹੀ ਸੀ ਜੋ ਗੁਰੂ ਸਾਹਿਬ ਨੇ ਰੁਕਵਾ ਕੇ ਲਾਹੌਰ ਸ਼ਹਿਰ ਦੀ ਮਦਦ ਲਈ ਪਹਿਲ ਕੀਤੀ। ਆਪ ਨੇ ਆਪਣੀ ਹੱਥੀ ਗਲੀਆਂ ਅਤੇ ਬਾਜ਼ਾਰਾਂ ਵਿੱਚੋਂ ਮੁਰਦਿਆਂ ਦੀਆਂ ਲਾਸ਼ਾਂ ਇਕੱਠੀਆਂ ਕਰਕੇ ਉਹਨਾਂ ਨੂੰ ਜਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਨੂੰ ਆਪਣੇ ਹੱਥੀ ਲਾਸ਼ਾਂ ਢੋਂਦੇ ਦੇਖ ਕੇ ਹਰ ਦੇਖਣ ਵਾਲਾ ਪਿੱਛੇ ਨਾ ਰਹਿ ਸਕਿਆ। ਉਹਨਾਂ ਵੀ ਆਪਣੀ ਵਿੱਤ ਤੇ ਹਿਸਾਬ ਹਿੱਸਾ ਪਾਇਆ। ਗੁਰੂ ਅਰਜਨ ਦੇਵ ਜੀ ਨੇ 8 ਮਹੀਨੇ ਲਾਹੌਰ ਰਹਿ ਕੇ ਹਰ ਦੁਖੀਏ ਦਾ ਦਰਦ ਵੰਡਾਇਆ। ਲਾਹੌਰ ਸ਼ਹਿਰ ਵਿੱਚ
आप दे पास भाई साई दिता अते सैदो ने हाजर होके बेनती की, गुरु नानक देव जी लाहौर शहर नूं जहर कहर आख गए सन, अते असी लाहौर शहर विच रहिंदे हां, सो असी कहर तो किवें बच सकते हां। गुरु अर्जन देव जी ने फरमाया, लाहौर शहर उन्हां लई अमृतसर सिफती दा घर ही है जिहड़े हर वेले उस मालक दीआं सिफतां दी विचार करदे हां। एक दिन जिला चंग दा रहण वाला प्रसिद्ध हकीम वजीर खान गुरु जी दे दर्शनां लई लाहौर आया। गुरु अर्जन देव जी ने उसकी हलीमी देख के दसिया, अल्लाह दी याद विसरन ना देनी, सबर रखना, हलीमी धारण करनी, वंड खाना अते मन उपर काबू रखना, ए पंज नमाजा हन। गुरु अर्जन देव जी की सेवा बारे जो अकबर नू पता लगा तो वह 24 नवंबर 1598 ईस्वी नू आगरे नू जांदा होया गोइंदवाल विखे आप जी दे दर्शन करके गया। असी देखिया गुरु नानक दा घर सदा ही गरीबां, लोड़वंदां अते न्यासरियां दी सेवा विच तत्पर रहिंदा है। इह गुरुआं दी आप हत्थी कीती सेवा दे पूर्णियां दा नतीजा ही है कि अज वी कई संस्थावां बगैर किसी भेदभाव दे लुकाई दी सेवा कर रहियां हन, जिवें भगत पूरन सिंह जी दा पंगलवाड़ा, यूनाइटेड सिख्स, खालसा एड, प्रभ आसरा ट्रस्ट, बीबी प्रकाश कौर दा यूनीक होम ते होर बहुत सारे। किरती सिखां लई ऐसियां संस्थावां नूं तन मन ते धन नाल सहयोग करना चाहीदा है, क्योंकि गरीब दा मूंह ही तां गुरु दी गोलक है। गुरु नानक देव जी दा गुरु शब्द सी अते उन्हां सारी उमर अपने सिखां नूं शब्द दे लड़ लगाउण दी कोशिश कीती। जिहड़े मुढ़ करीम तों मूर्तियां बना के पूजा करदे आ रहे होण जां कबरां नूं दुनिया दे दुख सुख देण वालियां मंदे आ रहे होण, उन्हां नूं सच नूं समझण लई बड़ी देर लगदी है। सच दी व्याख्या दे शब्द अते सच नूं पाया किवें जा सकदा है, दी बाणी जिवें जिवें गुरु नानक देव जी पास प्रगट होई तिवें तिवें उह इक पोथी विच लिखदे रहे। उन्हां अपनियां फेरियां विच भगतां दी बाणी भी इकट्ठी कर दित्ती सी। गुरु अंगद देव जी नूं गुरुगद्दी देण समें उन्हां ने उह बाणी दी पोथी भी नाल दित्ती, जिस ने समा पाउण उपर सिखां दी अगवाई करन वाला गुरु बनना सी। गुरु नानक देव जी दी शुरू कीती बाणी दी पोथी गुरुगद्दी दे नाल गुरु अर्जन देव जी पास पुज गई। उस पोथी विच समें दे नाल नाल बाकी गुरु साहिबान भी अपनी बाणी रची लिखदे रहे। गुरु अर्जन देव जी ने उस बाणी दी पोथी नूं एक पक्की शकल देण दा निश्चा कीता तां जो सच्ची बाणी विच कोई भी अपने लाभ लई कच्ची बाणी ना मिला सके, क्योंकि उन्हां दिनां विच पृथ्वीचंद अते मेहरबान ने अपनियां पोथियां आप रच लईआं सन, जिन्हां विच उन्हां पीरां पैगंबरां दीआं वारां लिख के सिखां नूं भुलेखा पाउणा शुरू कर दित्ता सी। गुरु अर्जन देव जी ने इस बीमारी का पक्का इलाज करन लई ग्रंथ की रचना जरूरी समझी। गुरु अर्जन देव जी ने भाई गुरदास पासों बाणी की तरतीब रागां दे हिसाब करवा दित्ती, पर पोथी विच बाणी उसे तरह लिखी गई जिवें प्रगट हुई सी। इस ग्रंथ नूं तैयार करन लई 3 साल लगे। ग्रंथ साहिब तैयार हुंदा सुन के बहुत भगत अपनी बाणी ग्रंथ विच दर्ज करवाउण लई गुरु अर्जन देव जी पास अमृतसर पुजे। कई भगतां दी बाणी दर्ज करन तो गुरु जी ने इनकार कर दिता, जिन्हां विचों काना, छज्जू, पीलू अते शाह हुसैन सन, क्योंकि उन्हां दी रचना सच्ची बाणी दे मियार दी नहीं सी। ग्रंथ साहिब तैयार करके 30 अगस्त 1604 ईस्वी नूं दरबार साहिब प्रकाश कीता गया। इह ग्रंथ उस समय सच्ची बाणी दी प्रमाणिक कसवटी बन गया। बाबा बुड्ढा जी पहले ग्रंथी थापे गए। उस ग्रंथ दे 974 पन्ने सन। ब्राह्मणा अकबर पास जा शिकायत कीती कि गुरु अर्जन देव ने एक ग्रंथ तैयार कीता है जिस विच उन्हां ने मुसलमान पीरां, पैगंबरां, हिंदू देवी देवतियां अते अवतारां दी निंदिया कीती है। अकबर 1605 ईस्वी दे शुरू विच पंजाब दे दौरे उपर आया। बटाले पुज के उसने गुरु अर्जन देव जी नूं तैयार कीता ग्रंथ लैके हाजर होने लिखिया।
ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਗ੍ਰੰਥ ਲੈ ਕੇ ਪੁੱਜੇ ਅਤੇ ਅਕਬਰ ਦੇ ਸਾਰੇ ਸ਼ੰਕੇ ਦੂਰ ਕਰ ਦਿੱਤੇ। ਅਕਬਰ ਨੇ ਕਿਹਾ, ਇਸ ਵਿੱਚ ਮੈਨੂੰ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਇਆ। ਇਸ ਵਿੱਚ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦੀ ਉਸਤਤ ਨਹੀਂ। ਗੁਰੂ ਅਰਜਨ ਦੇਵ ਜੀ ਦੁਆਰਾ ਆਦਿ ਗ੍ਰੰਥ ਦੀ ਸਥਾਪਨਾ ਸਿੱਖ ਇਤਿਹਾਸ ਲਈ ਬੜਾ ਅਹਿਮ ਮੁਕਾਮ ਹੈ। ਇਹ ਕੱਚੀ ਬਾਣੀ ਅਤੇ ਸੱਚੀ ਬਾਣੀ ਦੀ ਆਉਣ ਵਾਲੀਆਂ ਪੀੜ੍ਹੀਆਂ ਲਈ ਕਸਵੱਟੀ ਹੈ। ਸਿੱਖ ਉਦੋਂ ਤੱਕ ਭੁਲੇਖਾ ਨਹੀਂ ਖਾ ਸਕਦਾ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਨਾਲ ਜੁੜਿਆ ਰਹੇ। ਸਾਰੇ ਭਰਮ ਬਾਣੀ ਨੂੰ ਵਿਸਾਰਨ ਨਾਲ ਹੀ ਪੈਂਦੇ ਹਨ। ਬ੍ਰਾਹਮਣਵਾਦ ਜੋ ਸਿੱਖੀ ਦਾ ਮੁੱਢ ਤੋਂ ਹੀ ਵੈਰੀ ਬਣਿਆ ਬੈਠਾ ਹੈ, ਇਹ ਗੱਲ ਭਲੀ ਭਾਂਤ ਜਾਣ ਗਿਆ ਹੈ। ਇਸ ਲਈ ਅੱਜ ਗੁਰਮਤ ਵਿਰੋਧੀ ਰਚਨਾਵਾਂ ਜਿਵੇਂ ਬਚਿੱਤਰ ਨਾਟਕ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਨੂੰ ਗੁਰੂ ਕ੍ਰਿਤ ਦੱਸ ਕੇ ਭੁਲੇਖਾ ਪਾਇਆ ਜਾ ਰਿਹਾ ਹੈ। ਪਰ ਸੱਚਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਲਾ ਕੇ ਸੱਚੀ ਤੇ ਕੱਚੀ ਬਾਣੀ ਵਿੱਚ ਫਰਕ ਪਛਾਣ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸ਼੍ਰੀ ਹਰਗੋਬਿੰਦ ਜੀ 9 ਸਾਲਾਂ ਦੇ ਹੋਏ ਤਾਂ ਚੰਦੂ ਦੇ ਬ੍ਰਾਹਮਣਾਂ ਨੇ ਉਹਨਾਂ ਨੂੰ ਚੰਦੂ ਦੀ ਲੜਕੀ ਲਈ ਪਸੰਦ ਕਰਕੇ ਵਜ਼ੀਰ ਚੰਦੂ ਨੂੰ ਲਿਖ ਭੇਜਿਆ। ਚੰਦੂ ਨੂੰ ਦਿੱਲੀ ਦੇ ਬਾਦਸ਼ਾਹ ਦਾ ਵਜ਼ੀਰ ਹੋਣ ਦਾ ਬਹੁਤ ਹੰਕਾਰ ਸੀ। ਚੰਦੂ ਨੂੰ ਜਦੋਂ ਬ੍ਰਾਹਮਣਾਂ ਦੀ ਪਸੰਦ ਦਾ ਸੁਨੇਹਾ ਮਿਲਿਆ ਤੇ ਉਸਨੇ ਕਿਹਾ, ਬ੍ਰਾਹਮਣਾਂ ਨੇ ਚੰਗਾ ਨਹੀਂ ਕੀਤਾ, ਮੇਰੀ ਲੜਕੀ ਚੁਬਾਰੇ ਦੀ ਇੱਟ ਨਿਆਈ ਸੀ, ਉਹਨਾਂ ਮੋਰੀ ਵਰਗੀ ਕੁੱਲ ਵਿੱਚ ਲਗਾ ਦਿੱਤੀ। ਚੰਦੂ ਨੇ ਆਪਣੇ ਆਪ ਨੂੰ ਸ਼ਾਹੀ ਖਾਨਦਾਨ ਦਾ ਸਮਝਿਆ ਅਤੇ ਗੁਰੂ ਘਰ ਨੂੰ ਫਕੀਰਾਂ ਦੀ ਕੁੱਲੀ ਬਣਾ ਦਿੱਤਾ। ਚੰਦੂ ਦਾ ਕਹਿਣਾ ਦੀਵਾਨ ਵਿੱਚ ਬੈਠੇ ਸਿੱਖਾਂ ਨੂੰ ਚੰਗਾ ਨਾ ਲੱਗਿਆ। ਉਹਨਾਂ ਸਲਾਹ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਚਿੱਠੀ ਲਿਖ ਦਿੱਤੀ ਜਿਸ ਵਿੱਚ ਬੇਨਤੀ ਕੀਤੀ, ਚੰਦੂ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ ਕਿਉਂਕਿ ਉਸਨੇ ਗੁਰੂ ਘਰ ਦੀ ਸ਼ਾਨ ਵਿੱਚ ਵੱਧ ਘੱਟ ਕਿਹਾ ਹੈ। ਚੰਦੂ ਲਾਲ ਖੱਤਰੀ ਰੋਹੇਲੇ ਪਿੰਡ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਦਿੱਲੀ ਦੇ ਸਿੱਖਾਂ ਦੀ ਚਿੱਠੀ ਗੁਰੂ ਅਰਜਨ ਦੇਵ ਜੀ ਪਾਸ ਬ੍ਰਾਹਮਣਾਂ ਦੇ ਸ਼ਗਨ ਲੈ ਕੇ ਪੁੱਜਣ ਤੋਂ ਪਹਿਲਾਂ ਪੁੱਜ ਗਈ। ਚੰਦੂ ਦੀ ਲੜਕੀ ਦਾ ਸ਼ਗਨ ਲੈ ਕੇ ਬ੍ਰਾਹਮਣ ਜਦੋਂ ਪੁੱਜੇ ਤਾਂ ਗੁਰੂ ਅਰਜਨ ਦੇਵ ਜੀ ਨੇ ਰਿਸ਼ਤਾ ਲੈਣ ਤੋਂ ਨਾ ਕਰ ਦਿੱਤੀ। ਦੀਵਾਨ ਵਿੱਚ ਬੈਠੇ ਡੱਲੇ ਪਿੰਡ ਦੇ ਭਾਈ ਨਰਾਇਣ ਦਾਸ ਨੇ ਆਪਣੀ ਪੁੱਤਰੀ ਦਮੋਦਰੀ ਦੇ ਰਿਸ਼ਤੇ ਲਈ ਖੜ੍ਹੇ ਹੋ ਕੇ ਗੁਰੂ ਜੀ ਪਾਸ ਬੇਨਤੀ ਕੀਤੀ। ਉਹਨਾਂ ਨੇ ਸ਼੍ਰੀ ਹਰਗੋਬਿੰਦ ਲਈ ਰਿਸ਼ਤਾ ਪ੍ਰਵਾਨ ਕਰਕੇ ਸਗਾਈ ਕਰ ਦਿੱਤੀ। ਦਿੱਲੀ ਵਾਪਸ ਜਾ ਕੇ ਬ੍ਰਾਹਮਣਾਂ ਨੇ ਚੰਦੂ ਨੂੰ ਸ਼ਗਨ ਵਾਪਸ ਹੋਣ ਬਾਰੇ ਦੱਸਿਆ। ਉਸਨੂੰ ਬਹੁਤ ਅਫਸੋਸ ਹੋਇਆ। 1605 ਈਸਵੀ ਵਿੱਚ ਜਹਾਂਗੀਰ ਨੇ ਦਿੱਲੀ ਦਾ ਰਾਜ ਸੰਭਾਲਣ ਪਿੱਛੋਂ ਸੁਲੀ ਖਾਨ ਨੂੰ ਕੁਛ ਫੌਜ ਦੇ ਕੇ ਪੰਜਾਬ ਦਾ ਮਾਮਲਾ ਇਕੱਠਾ ਕਰਕੇ ਲਿਆਉਣ ਲਈ ਤਿਆਰ ਕੀਤਾ। ਚੰਦੂ ਵਜ਼ੀਰ ਨੂੰ ਆਪਣੀ ਲੜਕੀ ਦਾ ਰਿਸ਼ਤਾ ਮੋੜਨ ਦਾ ਗੁਰੂ ਅਰਜਨ ਦੇਵ ਜੀ ਉੱਪਰ ਬਹੁਤ ਗੁੱਸਾ ਸੀ। ਉਸਨੇ ਬਦਲਾ ਲੈਣ ਲਈ ਜਾਣ ਲੱਗੇ ਸੁਲੀ ਖਾਨ ਨੂੰ ਇਹ ਵੀ ਹੁਕਮ ਕਰ ਦਿੱਤਾ, ਗੁਰੂ ਅਰਜਨ ਦੇਵ ਨੂੰ ਹਰ ਹੀਲੇ ਅੰਮ੍ਰਿਤਸਰ ਵਿੱਚੋਂ ਕੱਢ ਦਿੱਤਾ ਜਾਵੇ। ਉਸਦੀ ਥਾਂ ਉਸਦੇ ਵੱਡੇ ਭਰਾ ਪ੍ਰਿਥੀ ਚੰਦ ਨੂੰ ਗੁਰਗੱਦੀ ਸੌਂਪ ਦਿੱਤੀ ਜਾਵੇ ਕਿਉਂਕਿ ਪ੍ਰਿਥੀ ਚੰਦ ਉਸਦਾ ਵੱਡਾ ਭਰਾ ਹੈ, ਇਸ ਲਈ ਗੱਦੀ ਦਾ ਹੱਕਦਾਰ ਪ੍ਰਿਥੀ ਚੰਦ ਹੀ ਬੰਦਾ ਹੈ। ਸੁਲੀ ਖਾਂ ਆਪਣੀ ਫੌਜ ਲੈ ਕੇ ਪੰਜਾਬ ਪੁੱਜ ਗਿਆ। ਪ੍ਰਿਥੀ ਚੰਦ ਨੂੰ ਜਦੋਂ ਸੁਲੀ ਖਾਂ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਸੁਲੀ ਖਾਂ ਨੂੰ ਲਾਹੌਰ ਪੁੱਜਣ ਤੋਂ ਪਹਿਲਾਂ ਹੀ ਅੱਗੇ ਹੋ ਕੇ ਮਿਲਿਆ। ਪ੍ਰਿਥੀ ਚੰਦ ਨੇ ਉਸ ਦੀ ਬਹੁਤ ਆਉ ਭਗਤ ਕੀਤੀ ਅਤੇ ਆਪਣੇ ਪਾਸ ਰਾਤ ਰਹਿਣ ਲਈ ਮਨਾ ਲਿਆ। ਸ਼ਾਮ ਨੂੰ ਪ੍ਰਿਥੀ ਚੰਦ ਸੁਲੀ ਖਾਂ ਨੂੰ ਆਪਣਾ ਨਵਾਂ ਲਗਾਇਆ ਪੱਠਾ ਦਿਖਾਉਣ ਲਈ ਲੈ ਗਿਆ। ਸੁਲੀ ਖਾਂ ਆਪਣੇ ਘੋੜੇ ਉੱਪਰ ਸਵਾਰ ਸੀ ਅਤੇ ਪੱਠਾ ਦੇਖ ਰਿਹਾ ਸੀ। ਉਸਦਾ ਘੋੜਾ ਕਿਸੇ ਕਾਰਨ ਡਰ ਗਿਆ ਅਤੇ ਉਛਲ ਕੇ ਪੱਠੇ ਵਿੱਚ ਡਿੱਗ ਗਿਆ। ਸੁਲੀ ਖਾਂ ਅਤੇ ਉਸਦਾ ਘੋੜਾ ਦੋਵੇਂ ਪੱਠੇ ਦੀ ਅੱਗ ਵਿੱਚ ਸੜ ਕੇ ਮਰ ਗਏ। ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਸੁਲੀ ਖਾਂ ਦੀ ਮੌਤ ਦੀ ਖਬਰ ਸੁਣਾਈ ਅਤੇ ਇਹ ਵੀ ਦੱਸਿਆ ਕਿ ਉਹ ਆਪ ਨੂੰ ਅੰਮ੍ਰਿਤਸਰ ਵਿੱਚੋਂ ਕੱਢਣ ਲਈ ਆ ਰਿਹਾ ਸੀ। ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਦਾ ਸ਼ੁਕਰ ਕਰਦੇ ਹੋਏ ਸ਼ਬਦ ਉਚਾਰਿਆ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲੀ ਹੋਏ ਮੂਵਾ ਨਾ ਪਾਖ। ਇਸਲਾਮ ਧਰਮ ਵਿੱਚ ਮਰੇ ਹੋਏ ਨੂੰ ਦਬਾਉਂਦੇ ਹਨ, ਸਾੜਦੇ ਨਹੀਂ। ਸਾੜਨਾ ਇਸਲਾਮ ਵਿੱਚ ਅਪਵਿੱਤਰ ਹੈ। ਸੁਲੀ ਖਾਂ ਅੱਗ ਵਿੱਚ ਸੜ ਕੇ ਮਰਨ ਨਾਲ ਨਾਪਾਕ ਹੋ ਗਿਆ। ਸੁਲੀ ਖਾਂ ਦੀ ਮੌਤ ਦਾ
ਜਦੋਂ ਉਸਦੇ ਭਤੀਜੇ ਸੁਲਭੀ ਖਾਨ ਨੂੰ ਪਤਾ ਲੱਗਾ ਤਾਂ ਉਸਨੇ ਚੰਦੂ ਨੂੰ ਕਿਹਾ, ਮੇਰੇ ਚਾਚੇ ਨੂੰ ਅਰਜਨ ਦੇਵ ਨੇ ਆਪਣੇ ਜਾਦੂ ਨਾਲ ਭੱਠੇ ਵਿੱਚ ਸੁੱਟ ਕੇ ਮਰਵਾਇਆ ਹੈ। ਮੈਂ ਆਪਣੇ ਚਾਚੇ ਦੀ ਮੌਤ ਦਾ ਬਦਲਾ ਉਸ ਪਾਸੋਂ ਲੈਣਾ ਚਾਹੁੰਦਾ ਹਾਂ। ਚੰਦੂ ਤਾਂ ਆਪ ਚਾਹੁੰਦਾ ਸੀ ਕਿਵੇਂ ਨਾ ਕਿਵੇਂ ਗੁਰੂ ਅਰਜਨ ਦੇਵ ਜੀ ਨੂੰ ਤੰਗ ਕੀਤਾ ਜਾਵੇ। ਉਸਨੇ ਜਹਾਂਗੀਰ ਪਾਸੋਂ ਸੁਲਭੀ ਖਾਨ ਨੂੰ ਬਦਲਾ ਲੈਣ ਦੀ ਆਗਿਆ ਲੈ ਦਿੱਤੀ। ਸੁਲਭੀ ਖਾਨ ਆਪਣੀ ਫੌਜ ਲੈ ਕੇ ਲਾਹੌਰ ਤੋਂ ਅੰਮ੍ਰਿਤਸਰ ਵੱਲ ਚੱਲ ਪਿਆ। ਰਸਤੇ ਵਿੱਚ ਦਰਿਆ ਬਿਆਸ ਦੇ ਕਿਨਾਰੇ ਉਸਦਾ ਝਗੜਾ ਆਪਣੇ ਇੱਕ ਸਰਦਾਰ ਹਸਨ ਅਲੀ ਨਾਲ ਹੋ ਗਿਆ, ਜਿਹੜਾ ਆਪਣੀ ਅਤੇ ਆਪਣੇ ਆਦਮੀਆਂ ਦੀ ਇੱਕ ਸਾਲ ਦੀ ਪਿਛਲੀ ਰਹਿੰਦੀ ਤਨਖਾਹ ਮੰਗ ਰਿਹਾ ਸੀ। ਹਸਨ ਅਲੀ ਨੂੰ ਮੰਗ ਪੂਰੀ ਹੁੰਦੀ ਨਜ਼ਰ ਨਾ ਆਈ ਤਾਂ ਉਸਨੇ ਤਲਵਾਰ ਨਾਲ ਸੁਲਭੀ ਖਾਨ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਸੁਲਭੀ ਖਾਨ ਦੇ ਇਸ ਤਰ੍ਹਾਂ ਮਾਰੇ ਜਾਣ ਉੱਪਰ ਚੰਦੂ ਦੀ ਆਸ ਗੁਰੂ ਅਰਜਨ ਦੇਵ ਜੀ ਨੂੰ ਅੰਮ੍ਰਿਤਸਰ ਵਿੱਚੋਂ ਕੱਢਣ ਦੀ ਅਧੂਰੀ ਹੀ ਰਹਿ ਗਈ। ਅਸੀਂ ਦੇਖਿਆ ਕਿ ਹੰਕਾਰੀ ਚੰਦੂ ਤੇ ਲਾਲਚੀ ਤੇ ਇਰਖਾਲੂ ਪ੍ਰਿਥੀ ਚੰਦ ਨੇ ਗੁਰੂ ਘਰ ਨਾਲ ਬਹੁਤ ਧਰੋਹ ਕਮਾਇਆ, ਪਰ ਜੇ ਅਸੀਂ ਪਾਰਖੂ ਅੱਖ ਨਾਲ ਦੇਖੀਏ ਤੇ ਅੱਜ ਵੀ ਸਾਨੂੰ ਹੰਕਾਰੀ ਸਿਆਸਤਦਾਨ ਅਤੇ ਲਾਲਚੀ ਡੇਰੇਦਾਰ ਗੁਰੂ ਘਰ ਨਾਲ ਧਰੋਹ ਕਮਾਉਂਦੇ ਨਜ਼ਰ ਆ ਜਾਣਗੇ। ਅਕਬਰ ਦੇ ਮਰਨ ਉਪਰੰਤ ਜਹਾਂਗੀਰ ਦਿੱਲੀ ਦਾ ਬਾਦਸ਼ਾਹ ਬਣਿਆ, ਜਿਹੜਾ ਕੱਟੜ ਮੁਸਲਮਾਨਾਂ ਦੀ ਸੁਣਨ ਲੱਗਾ, ਜਿਹੜੇ ਅਸਲੀ ਧਰਮ ਦੇ ਅਸੂਲਾਂ ਉੱਪਰ ਚੱਲਣ ਦੀ ਥਾਂ ਰੀਤਾਂ ਨੂੰ ਹੀ ਸੱਚਾ ਧਰਮ ਸਮਝਦੇ ਸਨ। ਮੁਰਤਜ਼ਾ ਖਾਨ, ਜਿਸ ਨੇ ਜਹਾਂਗੀਰ ਦੇ ਸ਼ਹਿਜ਼ਾਦੇ ਖੁਸਰੋ ਦੀ ਬਗਾਵਤ ਨੂੰ ਦਬਾਇਆ ਸੀ, ਉਸ ਦੀ ਹਰ ਗੱਲ ਜਹਾਂਗੀਰ ਸੁਣਦਾ ਸੀ ਅਤੇ ਉਸ ਨੂੰ ਪੁੱਛ ਕੇ ਹਰ ਕੰਮ ਕਰਦਾ ਸੀ। ਸ਼ੇਖ ਅਹਿਮਦ ਸਰਹੰਦੀ ਨੇ ਉਸ ਦੇ ਮਨ ਵਿੱਚ ਵਸਾ ਦਿੱਤਾ ਸੀ ਕਿ ਤਲਵਾਰ ਦੇ ਜ਼ੋਰ ਨਾਲ ਹਿੰਦੁਸਤਾਨ ਵਿੱਚ ਇਸਲਾਮ ਨੂੰ ਫੈਲਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਆਗੂ ਜਹਾਂਗੀਰ ਨੂੰ ਇਸਲਾਮ ਦੇ ਨਾਂ ਉੱਪਰ ਤਲਵਾਰ ਚਲਾਉਣ ਦੀ ਸਲਾਹ ਦਿੰਦੇ ਸਨ। ਉਸ ਨੂੰ ਜ਼ੁਲਮ ਕਰਨ ਤੋਂ ਰੋਕਣ ਵਾਲਾ ਕੋਈ ਨਹੀਂ ਸੀ। ਕੱਟੜ ਹਿੰਦੂ ਅਤੇ ਕੱਟੜ ਮੁਸਲਮਾਨਾਂ ਨੇ ਗੁਰੂ ਘਰ ਦੇ ਖਿਲਾਫ ਜਹਾਂਗੀਰ ਦੇ ਕੰਨ ਭਰੇ ਹੋਏ ਸਨ। ਤੁਜ਼ੱਕੇ ਜਹਾਂਗੀਰੀ ਵਿੱਚ ਜਹਾਂਗੀਰ ਗੁਰੂ ਸਾਹਿਬਾਨ ਬਾਰੇ ਆਪ ਲਿਖਦਾ ਹੈ, ਬਹੁਤ ਸਾਰੇ ਭੋਲੇ ਹਿੰਦੂਆਂ, ਮੂਰਖ ਅਤੇ ਕਮੀਨੇ ਮੁਸਲਮਾਨਾਂ ਨੂੰ ਅਰਜਨ ਨੇ ਆਪਣੀ ਰੋਹ ਰੀਤੀ ਦੇ ਅਨੁਸਾਰੀ ਬਣਾ ਕੇ ਪੀਰ ਅਤੇ ਵਲੀ ਹੋਣ ਦੀ ਉੱਚੀ ਢੋਂਡੀ ਪਟਵਾਈ ਹੋਈ ਸੀ। 3-4 ਪੀੜ੍ਹੀਆਂ ਤੋਂ ਇਹ ਦੁਕਾਨ ਚਾਲੂ ਸੀ। ਚਿਰਾਂ ਤੋਂ ਮੇਰਾ ਚਿੱਤ ਕਰਦਾ ਸੀ ਕਿ ਇਸ ਕੂੜ ਦੀ ਦੁਕਾਨ ਨੂੰ ਬੰਦ ਕਰ ਦੇਵਾਂ ਜਾਂ ਉਸ ਨੂੰ ਇਸਲਾਮ ਵਿੱਚ ਲੈ ਆਵਾਂ। ਜਹਾਂਗੀਰ ਦੀ ਇਸ ਲਿਖਤ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਉਹ ਗੁਰੂ ਘਰ ਦਾ ਕਿੰਨਾ ਵਿਰੋਧੀ ਸੀ। ਸਿਰਫ ਉਹ ਬਹਾਨਾ ਲੱਭਦਾ ਸੀ ਜਿਸ ਨਾਲ ਉਹ ਵਧਦੀ ਸਿੱਖੀ ਨੂੰ ਰੋਕ ਸਕੇ। 6 ਮਾਰਚ 1606 ਈਸਵੀ ਨੂੰ ਜਹਾਂਗੀਰ ਦੇ ਛੋਟੇ ਸਹਿਜ਼ਾਦੇ ਖੁਸਰੋ ਨੇ ਬਗਾਵਤ ਕਰ ਦਿੱਤੀ। ਉਹ ਆਗਰੇ ਤੋਂ ਪੰਜਾਬ ਵੱਲ ਨੂੰ ਵਧਿਆ। ਰਸਤੇ ਵਿੱਚ ਉਸਨੇ ਤਰਨ ਤਾਰਨ ਪੁੱਜ ਕੇ ਗੁਰੂ ਘਰ ਵਿੱਚ ਲੰਗਰ ਛਕਿਆ, ਜਿਵੇਂ ਉਹ ਪਹਿਲਾਂ ਵੀ ਕਈ ਵਾਰੀ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਸਮੇਂ ਕਰ ਚੁੱਕਾ ਸੀ। ਤਰਨ ਤਾਰਨ ਤੋਂ ਬਾਅਦ ਉਹ ਲਾਹੌਰ ਵੱਲ ਵਧਿਆ। ਲਾਹੌਰ ਦੇ ਕਿਲੇਦਾਰ ਮੁਰਤਜ਼ਾ ਖਾਨ ਨੇ ਉਸਦਾ ਸਾਥ ਨਾ ਦਿੱਤਾ। ਜਦੋਂ ਉਸਨੂੰ ਜਹਾਂਗੀਰ ਦੇ ਆਉਣ ਦੀ ਖਬਰ ਮਿਲੀ ਤਾਂ ਉਹ ਕਾਬਲ ਨੂੰ ਭੱਜ ਗਿਆ। ਖੁਸਰੋ ਦੇ ਸਾਥੀਆਂ ਨੂੰ, ਜਿਨ੍ਹਾਂ ਬਗਾਵਤ ਵਿੱਚ ਉਸਦਾ ਸਾਥ ਦਿੱਤਾ ਸੀ, ਕਾਮਰਾਨ ਬਾਗ ਦੇ ਨੇੜੇ ਸੂਲੀਆਂ ਉੱਪਰ ਲਟਕਾ ਦਿੱਤਾ ਗਿਆ। ਖੁਸਰੋ ਨੂੰ ਉਸਦੇ ਵੱਡੇ ਭਰਾ ਖੁਰਮ ਸ਼ਾਹ ਜਹਾਨ ਨੇ ਜੇਲ੍ਹ ਵਿੱਚ ਰੱਖ ਕੇ ਕਤਲ ਕਰਵਾ ਦਿੱਤਾ। ਖੁਸਰੋ ਦਾ ਤਰਨ ਤਰਨ ਜਾਣਾ ਹੀ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਉੱਪਰ ਆਪਣੀ ਮਨਮਾਨੀ ਕਰਨ ਦਾ ਬਹਾਨਾ ਮਿਲ ਗਿਆ। ਉਸਨੇ ਮੁਰਤਜ਼ਾ ਖਾਨ ਨੂੰ 20 ਮਈ 1606 ਈਸਵੀ ਨੂੰ ਹੁਕਮ ਕੀਤਾ ਕਿ ਗੁਰੂ ਅਰਜਨ ਦੇਵ ਜੀ ਦਾ ਘਰ ਘਾਟ ਜ਼ਬਤ ਕੀਤਾ ਜਾਵੇ ਅਤੇ ਉਹਨਾਂ ਨੂੰ ਸ਼ਾਹੀ ਕਾਨੂੰਨ ਅਨੁਸਾਰ ਤਸੀਹੇ ਦੇ ਕੇ ਖਤਮ ਕਰ ਦਿੱਤਾ ਜਾਵੇ। ਗੁਰੂ ਅਰਜਨ ਦੇਵ ਜੀ ਸਮੇਂ ਦੀ ਚਾਲ ਨੂੰ ਸਮਝਦੇ ਸਨ। ਉਹਨਾਂ ਨੂੰ ਜਹਾਂਗੀਰ ਦੇ ਵਿਚਾਰਾਂ ਦਾ ਪੂਰਾ ਪੂਰਾ ਗਿਆਨ ਸੀ। ਉਹਨਾਂ 15 ਮਈ 1606 ਈਸਵੀ ਨੂੰ ਗੁਰਗੱਦੀ ਗੁਰੂ ਹਰਗੋਬਿੰਦ ਜੀ ਨੂੰ ਸੌਂਪ ਦਿੱਤੀ। 22 ਮਈ 1606 ਈਸਵੀ ਨੂੰ ਮੁਰਤਜ਼ਾ ਖਾਨ ਅੰਮ੍ਰਿਤਸਰ ਪੁੱਜਾ ਅਤੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ। ਜਹਾਂਗੀਰ ਦੇ ਨਾਲ ਚੰਦੂ ਵੀ ਲਾਹੌਰ ਆਇਆ ਸੀ। ਉਸਨੇ ਮੁਰਤਜ਼ਾ ਖਾਨ ਪਾਸੋਂ
गुरु अर्जन देव जी नूं अपनी हिरासत विच लै लिया। चंदू ने गुरु जी नूं तसीहे देण दा डर दिता जिस दा उन्हां उपर कोई असर न होया। चंदू ने जहांगीर दीआं शर्तां गुरु जी अगे रखियां जिन्हां दे मन्नण नाल जान बच सकदी सी, पर गुरु जी ने ना इस्लाम धारण करना मंजूर किया अते ना ही ग्रंथ साहिब दी बाणी विच कोई तब्दीली करनी प्रवान कीती। जहांगीर दीआं दसियां शर्तां विचों कोई भी शर्त गुरु अर्जन देव जी ने ना मन्नी तां चंदू ने जहांगीर दे हुक्म अनुसार इस्लामी शरा दे हिसाब तसीहे देण दा हुक्म कर दिता। पहले दिन गुरु अर्जन देव जी नूं जेठ हाड़ दी तपदी रेत विच बिठा के तसीहे दिते गए। दूजे दिन उबलदे पानी दी देग विच बिठाया गया। तीजे दिन तत्ते तवे उपर बिठा के उपरों कड़छियां नाल तत्ती रेत सीस उपर पाई गई। गुरु साहब ने सारे तसीहे शांतमई अवस्था विच रह के परमात्मा दे भाने नूं मिठा जान के मन्ने। पंजवें दिन गुरु अर्जन देव जी नूं रावी दरिया दे ठंडे पानी विच बहा दिता। इस तरह 30 मई 1606 ईस्वी नूं गुरु अर्जन देव जी दी आत्मा परमात्मा विच लीन हो गई। गुरु जी दी ए शहीदी सच दी गवाही है। उन्हां ओ गल नहीं मन्नी जेड़ी असूलां दे उल्ट सी, भावें समें दे बादशाह अते वजीर ने डराया धमकाया अते तसीहे दिते, वो अपने अकीदे विच पक्के रहे। ये गुरु अर्जन देव जी दे ही पाए पूर्णिया दा नतीजा है कि सिख सच दी राखी वास्ते शहीद होण नूं परमात्मा दी अदुत्ती दात समझदा है। वाहिगुरु जी का खालसा, वाहिगुरु जी की फतेह।